ਦੱਸਾਂਗਾ ਸੇਮ ਹਾਈ ਜੰਪ ਦੇ ਬਾਰੇ ਠੀਕ ਹੈ। ਫਸਟ ਆਫ ਆਲ ਇਹ ਤੁਹਾਡਾ ਜਿਹੜਾ ਹੈਗਾ ਆਪਣਾ ਕਾਂਸਟੇਬਲ ਵਾਲੇ ਪੁਲਿਸ ਦੇ ਰੀਜੋ ਕਾਂਸਟੇਬਲ ਦੇ ਵਿੱਚ ਹੁੰਦਾ ਠੀਕ ਹੈ। ਤੁਹਾਨੂੰ ਦੱਸਿਆ ਸੀਗਾ ਵੀਡੀਓ ਦੇ ਵਿੱਚ ਕਿ ਸਿਰਫ 3 ਤਰੀਕਿਆਂ ਦੀ ਲਗਾ ਦਿਓ, ਜੋ ਤੁਹਾਨੂੰ ਦੱਸਿਆ ਸੀਗਾ ਆਪਣਾ ਟਾਈਗਰ ਜੰਪ ਦੱਸਿਆ ਸੀਗਾ ਜਿਹਨੂੰ ਡੋਲਫਿਨ ਜੰਪ ਕਹਿੰਦੇ ਨੇ ਉਹ ਅਲਾਊਡ ਨਹੀਂ ਹੈ ਠੀਕ ਹੈ, ਉਸਨੂੰ ਨਾਟ ਰੂਲ ਟਰਾਈ ਜੀ। ਫਸਟ ਆਫ ਆਲ ਇਹੀ ਕਰ ਸਕਦੇ ਤੁਸੀਂ ਐਜ ਯੂਜ਼, ਮੈਂ ਤੁਹਾਨੂੰ ਫਸਟ ਆਫ ਆਲ ਕਰਕੇ ਦਿਖਾ ਦਿੰਦਾ ਐਜ ਇੰਸਟਰਕਟਰ ਹੋਣ ਦੇ ਨਾਤੇ ਕੀ ਕਰਨਾ, ਗਲਤੀ ਕੀ ਕਰਦੇ ਨੇ ਬੱਚੇ ਜਿਹੜੇ ਕ੍ਰੋਸ ਜੰਪ ਕਰਦੇ ਨੇ, ਅਤੇ ਸਹੀ ਧਿਆਨ ਰੱਖਣਾ ਫੇਸ ਜੋ ਤੁਹਾਡਾ ਸਟਰੋਂਗ ਫੁੱਟ ਆ ਉਸ ਤੋਂ ਹੀ ਜੰਪ ਲੈਣਾ, ਅਤੇ ਉਸ ਤੋਂ ਬਾਅਦ ਫੇਸ ਆ ਤੁਹਾਡਾ ਜਿਸ ਸਾਈਡ ਖੜੇ ਉਸ ਸਾਈਡ ਸਾਹਮਣੇ ਹੋਣਾ ਚਾਹੀਦਾ, ਦੇਖ ਲਓ ਸੇ ਠੀਕ ਹੈ, ਜੰਪ ਫੇਸ ਸਾਹਮਣੇ ਆ ਰਿਹਾ ਠੀਕ ਹੈ ਜੀ, ਸਮਝ ਆ ਗਿਆ। ਤਾਂ ਇੱਦਾਂ ਇਸ ਟੈਕਨੀਕ ਨਾਲ ਕਰਨਾ, ਚਲੋ ਫਸਟ ਆਫ ਆਲ ਕਰੋ ਸਟਾਰਟ। ਬੱਚੇ ਕੁਛ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਪ੍ਰੋਬਲਮ ਆ ਰਹੀ ਹੈ ਇੱਡਾ ਤਾਂ ਜੰਪ ਨਹੀਂ ਲੱਗਦਾ ਹੈਗਾ, ਹੈ ਨਾ, ਤਾਂ ਛੋਟੇ ਤੋਂ ਉਹ ਕਿਵੇਂ ਸਟਾਰਟਿੰਗ ਕਰਨਗੇ ਉਸ ਚੀਜ਼ ਦੀ ਦੱਸ ਰਿਹਾ ਤੁਹਾਨੂੰ ਵੀਡੀਓ। ਜਿਹੜੇ ਹੈਗੇ ਨੇ ਬਿਗਨਰ ਨੇ ਆ ਜਾਈ, ਜਾਂ ਤਾਂ ਉਹ ਸਿੱਧਾ ਮਾਰਨਾ ਸਿੱਖ ਲਓ ਜਾਂ ਤਾਂ ਕੈਂਚੀ ਨਾਲ ਮਾਰਨਾ ਸਿੱਖ ਲਓ ਠੀਕ ਹੈ। ਹੁਣ ਤੁਹਾਨੂੰ ਕੈਂਚੀ ਨਾਲ ਕਰਕੇ ਦਿਖਾਉਂਦੇ ਹਾਂ, ਸਟਾਰਟ ਆ ਜਾ ਬੱਚਾ, ਜਿਸ ਲੋਅ ਲੈਵਲ ਤੋਂ ਹੈ ਆਪਣਾ ਕੌਂਸਟੇਬਲ ਵਾਲਾ ਉਰੇ ਆ, ਅਤੇ ਐਸ ਆਈ ਵਾਲੇ ਤੋਂ ਵੀ ਥੱਲੇ ਆ ਜਾ, ਦੁਬਾਰਾ ਤੋਂ ਕਰੋ ਸਟਾਰਟ। ਹੁਣ ਜਿਵੇਂ ਇਸ ਕੁੜੀ ਦਾ ਫਸਟ ਟਾਈਮ ਸੀ ਓਕੇ ਹੋ ਗਿਆ, ਤਾਂ ਇਸਨੂੰ ਥੋੜ੍ਹਾ ਜਿਹਾ ਅਪ ਕਰ ਲਓ, ਜਿਵੇਂ ਇਸਨੂੰ 2 ਉਂਗਲ ਅਪ ਕਰ ਲਓ, 4 ਉਂਗਲ ਅਪ ਕਰ ਲਓ ਨਾ ਐਸ ਦੇ ਵਿੱਚ ਠੀਕ ਹੈ, ਇੱਧਰੋਂ ਅਪ ਕਰ ਲਿਆ ਅਤੇ ਇੰਨਾ ਹੀ ਤੁਸੀਂ ਇੱਧਰੋਂ ਅਪ ਕਰ ਦੇਣਾ ਠੀਕ ਹੈ। ਰੈਡੀ ਬੱਚੇ ਆ ਜਾ ਸਟਾਰਟ, ਜਬਰ ਠੀਕ ਹੈ, ਇਹ ਵੀ ਕਲੀਅਰ ਹੋ ਗਿਆ, ਇਸ ਤੋਂ ਬਾਅਦ ਥੋੜ੍ਹਾ ਜਿਹਾ ਇਹਨੂੰ ਅਪ ਕਰ ਲਓ ਸਟਾਰਟ। ਜਿਹੜਾ ਜਿਹੜਾ ਤੁਹਾਡਾ ਕਲੀਅਰ ਹੋਈ ਜਾਂਦਾ ਤੁਸੀਂ ਉਸ ਤੋਂ ਅਪ ਕਰੋ, ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਓਕੇ, ਇੱਥੇ ਗਰਾਰੀ ਅੜ ਗਈ ਹੈ ਨਾ, ਇਸਦਾ ਮਤਲਬ ਤੁਹਾਨੂੰ ਇਸ ਦੀ ਪ੍ਰੈਕਟਿਸ ਕਰਨੀ ਥੋੜ੍ਹਾ, ਇਸ ਤੋਂ ਅਪ ਕੇ ਨਾ ਕਰੋ, ਇਸ ਦੀ ਪ੍ਰੈਕਟਿਸ ਕਰਨੀ। ਚਲੋ ਬੱਚੇ ਸਟਾਰਟ, ਇਹ ਤੁਹਾਡਾ ਐਸ ਆਈ ਵਾਲਾ ਐਸ ਆਈ ਸਟਾਰਟ, ਦੁਬਾਰਾ ਕੀ ਗਲਤੀ ਕਰ ਰਹੀ ਹੈ ਬੱਚੇ ਤੁਹਾਨੂੰ ਦੱਸਦਾ, ਕੀ ਗਲਤੀ ਕਰ ਰਹੀ ਹੈ ਬੱਚੇ, ਕੀ ਕਰ ਰਹੇ ਸੀ ਬੱਚੇ, ਗਲਤੀ ਕਿਉਂ ਕਰ ਰਿਹਾ ਸੀਗਾ ਇਹ। ਫਸਟ ਲੈਗ ਤਾਂ ਸਿੱਧੀ ਚਲੀ ਜਾਂਦੀ ਹੈ, ਦੂਸਰੀ ਲੈਗ ਕੀ ਹੈ ਫੋਲਡ ਕਰ ਲੈਂਦੇ, ਦੂਸਰੀ ਲੈਗ ਜਿਹੜੀ ਇਹਦੇ ਨਾਲ ਲੱਗਦੀ ਹੈ ਠੀਕ ਹੈ, ਦੋਨੋਂ ਲੈਗ ਆ ਉੱਪਰ ਰੱਖਣੀ ਹੈ ਠੀਕ ਹੈ, ਦੋਨੋਂ ਸਟੇਟ ਇਹ ਵੀ ਸਟੇਟ ਕਰਕੇ ਸਿੱਧੀ ਕਰਨੀ ਹੈ, ਤਾਂ ਹੀ ਤੇਰਾ ਜਿਹੜਾ ਦੂਸਰੀ ਲੈਗ ਨਾਲ ਨਹੀਂ ਲੱਗੀ ਠੀਕ ਹੈ, ਸੇਮ ਐਵੇਂ ਠੀਕ ਹੈ, ਆਹ ਲੱਤ ਜਿਹੜੀ ਉੱਪਰ ਦੀ ਆਊਗੀ ਠੀਕ ਹੈ, ਜਦੋਂ ਐਂਟੀਟੀ ਹੋਈ ਤਾਂ ਨਾਲ ਆਉਂਦੀ ਹੈ, ਸਮਝ ਆ ਗਿਆ ਠੀਕ ਹੈ। ਤੂੰ ਕੀ ਕਰਦੀ ਹੈ ਤਾਂ ਹੀ ਗਿਰਦਾ ਠੀਕ ਹੈ ਜੀ, ਲੈਗ ਸਟੇਟ ਰੱਖੇਗੀ ਤਾਂ ਨਹੀਂ ਗਿਰੇਗਾ। ਚਲੋ ਰੈਡੀ, ਦੇਖਦੇ ਜੀ ਹੁਣ ਬੱਚੇ ਸਮਝਾਇਆ ਤਾਂ ਹੈ, ਦੇਖਦੇ ਹਾਂ ਕਰਦੀ ਹੈ, ਸ਼ਾਬਾਸ਼ ਆ ਜਾ ਆ ਜਾ, ਫਿਰ ਉਹੀ ਗਲਤੀ ਜਿਹੜਾ ਸੈਕਿੰਡ ਲੈਗ ਹੈ ਉਹਨੂੰ ਸਟੇਟ ਰੱਖ ਠੀਕ ਹੈ, ਤਾਂ ਹੀ ਸਹੀ ਹੋ ਜਾਊਗਾ, ਹਾਰਨਾ ਨਹੀਂ ਹੈਗਾ ਕਦੇ, ਗਿਵ ਅਪ ਨਹੀਂ ਕਰਨਾ ਹੈਗਾ, ਬਸ ਲੱਗੇ ਰਹਿਣਾ, ਅੱਜ ਨਹੀਂ ਸਹੀ ਹੋਏਗਾ ਕੱਲ੍ਹ ਸਹੀ ਹੋ ਜਾਏਗਾ, ਬਸ ਤੁਹਾਨੂੰ ਸਹੀ ਟੈਕਨੀਕ ਦਾ ਹੋਣਾ, ਸ਼ਾਬਾਸ਼ ਦੁਬਾਰਾ ਤੋਂ, ਫਿਰ ਲੈਗ ਤੇਰੀ ਉੱਚੀ ਜਾ ਰਹੀ ਹੈ, ਦੂਸਰੀ ਲੈਗ ਨੂੰ ਸਟੇਟ ਰੱਖਣਾ, ਸਮਝ ਆ ਗਿਆ, ਫੇਸ ਇਸ ਸਾਈਡ 'ਤੇ ਰੱਖ, ਮੇਰੇ ਵਾਲੀ ਫੇਸ ਰੱਖ, ਐਂਡ ਦੈਨ ਸਟਾਰਟ, ਜੰਪ ਲੈ ਉੱਪਰ ਤੱਕ ਪੂਰਾ, ਸ਼ਾਬਾਸ਼ ਕਰ ਸਕਦੇ ਬੱਚੇ ਦੁਬਾਰਾ, ਵੈਰੀ ਗੁੱਡ, ਆਜਾ ਆਜਾ ਸ਼ਾਬਾਸ਼ ਵੈਰੀ ਗੁੱਡ, ਆਹ ਦੁਬਾਰਾ ਤੋਂ ਫੇਰ ਹੋਈ ਗਾ ਜੀ, ਕੁਛ ਵੀ ਨਹੀਂ ਹੈ ਠੀਕ ਹੈ, ਦਿਮਾਗ ਏਤੀ ਰੱਖ, ਫੋਕਸ ਰੱਖ, ਕੁਛ ਨਹੀਂ ਹੈਗਾ, ਰਿਲੈਕਸ ਠੀਕ ਹੈ, ਮੇਰੇ ਵਾਲੀ ਫੇਸ ਰੱਖਣਾ ਜੰਪ ਦੇ ਟਾਈਮ 'ਤੇ, ਜੰਪ ਹਾਈ ਕਰਨਾ ਹੈ, ਜੰਪ ਲੈ ਪੰਜੀ ਠੀਕ ਹੈ, ਐਂਡ ਦੈਨ ਲੈਗ ਸਟੇਟ ਰੱਖ ਪਿੱਛੇ ਠੀਕ ਹੈ, ਬਸ ਇੰਨਾ ਕੰਮ ਕਰ, ਜਦੋਂ ਹਾਂ ਪਿੱਛੇ ਵਾਲੀ ਲੱਤ ਸਟੇਟ ਰੱਖੀ, ਉਸ ਤੋਂ ਬਾਅਦ ਹੀ ਸਹੀ ਹੋਵੇਗਾ, ਵੈਰੀ ਗੁੱਡ, ਇੱਕ ਠਾਕ, ਇੱਕ ਵਾਰ ਹੋਰ ਕਰ, ਫਾਈਨਲੀ ਹੋ ਤਾਂ ਗਿਆ, ਕਈ ਵਾਰ ਕੋਇੰਸੀਡੈਂਸ ਨਾ ਹੋ ਜਾਂਦਾ ਠੀਕ ਹੈ,
ਤਾਂ ਆਪਾਂ ਪ੍ਰੋਸੈਸ ਆ ਦੇ ਸਿਰਫ ਜੋ ਤੁਹਾਡੀ ਹਾਰਟ ਫੈਕਟਰੀ ਦਾ ਉਸਤੇ ਕੋ ਇਨਸੀਡੈਂਸ ਨਹੀਂ ਹਾਰਟ ਫੈਕਟਰੀ ਦੇਖਿਆ ਜੀ ਦੋ ਤਿੰਨ ਅਟੈਂਪਟ ਕਰ ਫੇਲ ਹੋਣ ਤੋਂ ਬਾਅਦ ਬੱਚੀ ਨੇ ਗਿਵ ਅਪ ਨਹੀਂ ਕੀਤਾ ਹੈਗਾ ਅਤੇ ਉਹ ਜਿਹੜਾ ਜੰਪ ਕਲੀਅਰ ਕਰ ਪਾਈ ਹੁਣ ਦੇਖਦਾ ਸੈਕਿੰਡ ਅਟੈਂਪਟ ਕਲੀਅਰ ਕਰ ਪਾਉਂਦੇ ਸੇਮ ਦੁਬਾਰਾ ਕਿਉਂਕਿ ਜਦੋਂ ਤੁਸੀਂ ਟੈਕਨੀਕ ਸਿੱਖਦੇ ਹੋ ਉਦੋਂ ਤੁਹਾਨੂੰ ਕਈ ਵਾਰ ਤੁਹਾਡੇ ਦਿਮਾਗ 'ਚ ਹੋ ਜਾਂਦੀ ਆ ਫੀਡ ਹੋ ਜਾਂਦੀ ਆ ਕਈ ਵਾਰ ਨਹੀਂ ਹੁੰਦੀ ਹੈਗੀ ਕਈ ਵਾਰ ਤੁਸੀਂ ਭੁੱਲ ਜਾਂਦੇ ਉਸ ਚੀਜ਼ ਲੈ ਕੇ ਹੈ ਨਾ ਤਾਂ ਦੁਬਾਰਾ ਜੋ ਤੁਹਾਡਾ ਇੰਸਟਰਕਟਰ ਹੈ ਜਾਂ ਕੋਚ ਹੈ ਜੋ ਤੁਹਾਨੂੰ ਵਾਰ ਵਾਰ ਉਸ ਚੀਜ਼ ਨੂੰ ਲੈ ਕੇ ਯਾਦ ਕਰਵਾਏਗਾ ਤਾਂ ਤੁਹਾਡੇ ਉਹ ਦਿਮਾਗ ਦੇ ਵਿੱਚ ਪੱਕਾ ਸਟਾਰਟ ਸੇਮ ਫਿਰ ਉਹੀ ਗਲਤੀ ਹੋ ਰਹੀ ਆ ਠੀਕ ਆ ਯਾਦ ਕਰ ਉਹੀ ਟੈਕਨੀਕ ਨੂੰ ਜੋ ਤਾਂ ਸਹੀ ਜੰਮ ਮਾਰਿਆ ਠੀਕ ਹੈ ਉਸੇ ਨੂੰ ਆਪਣੇ ਦਿਮਾਗ ਦੇ ਸਪੀਡ ਰੱਖ ਸ਼ਾਬਾਸ਼ ਕਰ ਸਕਦੇ ਬੱਚੇ ਨੂੰ ਚਲ ਇੱਕ ਵਾਰ ਕੀਤਾ ਤਾਂ ਆਲਰੇਡੀ ਜਦੋਂ ਬੱਚੇ ਇੱਕ ਵਾਰ ਜੰਪ ਕਰ ਲੈਂਦੇ ਨਾ ਤਾਂ ਉਸ ਦੇ ਵਿੱਚ ਥੋੜ੍ਹਾ ਜਿਹਾ ਜਿਹੜਾ ਡਰ ਆ ਉਹ ਨਿਕਲ ਜਾਂਦਾ ਉਸ ਚੀਜ਼ ਕਿ ਹਾਂ ਮੈਂ ਇੱਕ ਵਾਰ ਕੀਤਾ ਹੈ ਤਾਂ ਮੈਂ ਦੂਸਰਾ ਵੀ ਸਕਦਾ ਇੰਜ ਵੀ ਕਰ ਸਕਦਾ ਹੈ ਨਾ ਆ ਜਸੀ ਕਿੰਨੀ ਵਾਰ ਹਾਰ ਜਾਏਗੀ ਨਹੀਂ ਨਾ ਗਿਵ ਅਪ ਨਹੀਂ ਕਰਨਾ ਹੈਗਾ ਠੀਕ ਹੈ ਹਿੰਮਤ ਰੱਖ ਥੋੜ੍ਹੀ ਤੂੰ ਇਹਨੂੰ ਕਰ ਸਕਦੀ ਹੈ ਠੀਕ ਹੈ ਬੱਚੇ ਦੁਬਾਰਾ ਚੱਲ ਕਲੀਅਰ ਕਰਨਾ ਇੱਕ ਟਾਈਮ ਸਹੀ ਕਲੀਅਰ ਕਰ ਬਸ ਉਹ ਟੈਕਨੀਕ ਨੂੰ ਆਪਣੇ ਦਿਮਾਗ 'ਚ ਫਿੱਟ ਕਰ ਲੈ ਸੇਮ ਜੰਪ ਲੈ ਉੱਪਰ ਪੰਜੇ ਤੇ ਲੈਗ ਸਪੀਡ ਰੱਖ ਆ ਜਾ ਸ਼ਾਬਾਸ਼ 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 ਤੋਂ ਇਹ ਸੀਗਾ ਕੁਛ ਲੌਂਗ ਜੰਪ ਨੂੰ ਲੈ ਕੇ ਸੋਰੀ ਹਾਈ ਜੰਪ ਨੂੰ ਲੈ ਕੇ ਟੈਕਨੀਕਸ ਠੀਕ ਹੈ ਅਤੇ ਜੋ ਵੀ ਬੱਚੇ ਇਸ ਦੀ ਤਿਆਰੀ ਕਰ ਰਹੇ ਨੇ ਉਹ ਜ਼ਰੂਰ ਇਸ ਚੀਜ਼ ਲੈ ਕੇ ਕਰਨ ਠੀਕ ਹੈ ਇਸ ਤਰ੍ਹਾਂ ਇਹ ਸੇਮ ਇਸ ਤਰ੍ਹਾਂ ਕਰਾਂ ਜਿਵੇਂ ਛੋਟੇ ਲੈਵਲ ਤੋਂ ਸਟਾਰਟ ਕਰਨ ਜ਼ਰੂਰੀ ਨਹੀਂ ਆਪਾਂ ਸਿੱਧਾ ਕਾਂਸਟੇਬਲ ਤੋਂ ਸਟਾਰਟ ਕਰਨਾ ਚਾਹੀਦਾ ਠੀਕ ਹੈ ਐਸ ਆਈ ਤੋਂ ਵੀ ਥੱਲੇ ਆ ਜਾਓ ਐਸ ਆਈ ਤੋਂ ਵੀ ਥੱਲੇ ਦੀ ਤਿਆਰੀ ਕਰੋ ਬਿਲਕੁਲ ਇੰਨਾ ਇਹ ਤਾਂ ਇਸ ਤੋਂ ਬਿਲਕੁਲ ਥੱਲੇ ਆ ਜਾਓ ਠੀਕ ਹੈ ਹੌਲੀ 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 ਕਰਕੇ ਉਸਨੂੰ ਆਪ ਲੈ ਕੇ ਜਾਓ ਤਾਂ ਕਿ ਤੁਸੀਂ ਸੁਣਦੇ ਹੈਗਾ ਇੰਪਰੂਵਮੈਂਟ ਕਰ ਸਕੋ ਦੂਸਰਾ ਕੀ ਆ ਤੁਹਾਡੇ ਨਾਲ ਜਿਹੜੇ ਬੱਚੇ ਨਵਾਂ ਨਵਾਂ ਸਟਾਰਟ ਕਰਦੇ ਨੇ ਐਂਕਲ 'ਤੇ ਬਹੁਤ ਪ੍ਰੋਬਲਮ ਆ ਜਾਂਦੀ ਉਹਨਾਂ ਨੂੰ ਟੈਕਨੀਕ ਸਹੀ ਦਾ ਪਤਾ ਨਹੀਂ ਹੁੰਦਾ ਹੈਗਾ ਪੈਰ ਅਣਸਣ ਧਰਦੇ ਨੇ ਫਿਰ ਪੈਰ ਮੁੱਚ ਜਾਂਦਾ ਹੈ ਤਾਂ ਫਿਰ ਗਰਾਊਂਡ ਰਨਿੰਗ ਕਰਨ ਤੋਂ ਵੀ ਰਹਿ ਜਾਂਦੇ ਨੇ ਹੈ ਨਾ ਤਾਂ ਲੌਂਗ ਜੰਪ ਤਾਂ ਫਿਰ ਵੱਡੀ ਦੂਰ ਦੀ ਗੱਲ ਰਹਿੰਦੀ ਆ ਤਾਂ ਇਸ ਨੂੰ ਲੈ ਕੇ ਛੋੜ ਉਹ ਕਹਿੰਦੇ ਨੇ ਨਾ ਸਲੋ ਪ੍ਰੋਗਰੈਸ ਇਜ਼ ਬੈਟਰ ਦੈਨ ਨੋ ਪ੍ਰੋਗਰੈਸ ਤਾਂ ਉਹ ਹਿਸਾਬ ਨਾਲ ਚੱਲੋ ਇਹ ਨਹੀਂ ਆ ਕਿ ਹਾਂ ਤੁਸੀਂ ਹੁਣ ਗਰਾਊਂਡ ਤਾਂ ਪਹਿਲੇ ਦਿਨ ਆਏ ਹੋ ਅਤੇ ਹਾਂ ਤੁਸੀਂ ਕਹਿੰਦੇ ਹੋ ਕਿ ਹਾਂ ਪਹਿਲੇ ਦਿਨ ਸਾਡਾ ਸਾਰਾ ਕਲੀਅਰ ਹੋ ਜਾਵੇ ਤਾਂ ਇੱਦਾਂ ਨਹੀਂ ਹੁੰਦਾ ਹੈਗਾ ਤੁਸੀਂ ਦੇਖੀ ਇਸ ਵੀਡੀਓ ਦੇ ਵਿੱਚ ਬੱਚੀ ਨੇ ਕਿੰਨੇ ਅਟੈਂਪਟ ਕੀਤੇ ਉਸ ਨੂੰ ਲੈ ਕੇ ਇਹ ਉਹ ਬੱਚੇ ਨੇ ਜਿਹੜੇ ਸਟੱਡੀ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਹੁੰਦੇ ਨੇ ਠੀਕ ਹੈ ਬਟ ਫਿਜ਼ੀਕਲੀ ਥੋੜ੍ਹੇ ਡਾਊਨ ਹੁੰਦੇ ਨੇ ਬਟ ਡੋਂਟ ਵਰੀ ਸਾਰਾ ਕੁਝ ਹੋ ਜਾਂਦਾ ਜੀ ਥੋੜ੍ਹਾ ਭਰੋਸਾ ਰੱਖੋ ਆਪਣੇ ਆਪ 'ਤੇ ਠੀਕ ਹੈ ਅਤੇ ਹਰ ਰੋਜ਼ ਪ੍ਰੈਕਟਿਸ ਕਰਦੇ ਰਹੋ ਦਮਦਾਰ ਪ੍ਰੈਕਟਿਸ ਕਰਦੇ ਰਹੋ ਦੂਸਰਾ ਗਿਵ ਅਪ ਨਾ ਕਰੋ ਕਦੇ ਵੀ ਤੋਂ ਅੱਜ ਨਹੀਂ ਹੋ ਰਿਹਾ ਕੋਈ ਗੱਲ ਨਹੀਂ ਕੱਲ੍ਹ ਹੋ ਜਾਏਗਾ ਪਰਸੋਂ ਹੋ ਜਾਏਗਾ ਬਟ ਜਦੋਂ ਤੁਸੀਂ ਇਸ ਚੀਜ਼ ਲਈ ਗਿਵ ਅਪ ਕਰ ਦਿੰਦੇ ਹੋ ਉਦੋਂ ਤੋਂ ਕੁਛ ਨਹੀਂ ਹੁੰਦਾ ਹੈਗਾ ਹੈ ਨਾ ਜੀ ਤਾਂ ਦੋਸਤੋ ਤਦ ਤੱਕ ਦਿਲੀ ਥੈਂਕ ਯੂ ਬਹੁਤ ਸਾਰਾ ਬਹੁਤ ਬਹੁਤ ਤੁਹਾਡਾ ਧੰਨਵਾਦ ਮੇਰਾ ਵੀਡੀਓ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਅਤੇ ਇੰਨਾ ਜ਼ਿਆਦਾ ਮੇਰੇ ਚੈਨਲ ਸ਼ੇਅਰ ਸਬਸਕ੍ਰਾਈਬ ਕਰ ਰਹੇ ਹੋ ਅਤੇ ਜ਼ਰੂਰ ਇਸ ਦੇ ਹੋਰ ਕੋਈ ਤੁਹਾਡੇ ਰਿਗਾਰਡਿੰਗ ਕੋਈ ਕੁਐਸਚਨ ਹੋਵੇ ਕਿਸੇ ਨੂੰ ਲੈ ਕੇ ਤਾਂ ਮੇਰੇ ਨੀਚੇ ਨੰਬਰ ਡਿਸਪਲੇ ਹੋ ਰਿਹਾ ਤਾਂ ਉਸ ਤੋਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਅਤੇ ਜੇ ਤੁਹਾਡਾ ਕੋਈ ਹੋਰ ਕੁਐਰੀ ਹੈ ਕਿਸੇ ਨੂੰ ਲੈ ਕੇ ਕਿ ਹਾਂ ਸਰ ਜੰਪ ਦੇ ਉੱਤੇ ਕਿਸੇ ਹੋਰ ਜੰਪ ਦੇ ਉੱਤੇ ਜਾਂ ਰਨਿੰਗ ਦੇ ਉੱਤੇ ਕਿਸੇ ਵੀਡੀਓ ਬਣਾਓ ਤਾਂ ਮੈਨੂੰ ਨੀਚੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਅਤੇ ਤੁਹਾਡੇ ਨਾਲ ਸਾਰਾ ਪਿਆਰ ਦੇ ਲਈ ਬਹੁਤ ਬਹੁਤ ਧੰਨਵਾਦ ਸੇਮ ਅਗੇਨ ਥੈਂਕ ਯੂ ਸੋ ਮੱਚ ਮਿਲਦੇ ਨੈਕਸਟ ਵੀਡੀਓ 'ਚ